ਸੋ ਇਸ ਵੇਲੇ ਨਗਰ ਕੀਰਤਨ ਜਿਹੜਾ ਉਹ ਲੇਕ ਸ਼ੋਰ ਅਤੇ ਸਪਟਾਈਨਾ ਦੇ ਬਿਲਕੁਲ ਲਾਗੇ ਪਹੁੰਚ ਚੁੱਕਾ ਔਰ ਤੁਸੀਂ ਇੱਧਰੋਂ ਖੱਬੇ ਪਾਸੇ ਜੇ ਕਿਤੇ ਨਿਗਾਹ ਮਾਰੀਏ ਤਾਂ ਰੋਜਰ ਸੈਂਟਰ ਹੈ, ਉਹੀ ਰੋਜਰ ਸੈਂਟਰ ਜਿਹੜੇ 2009 ਦੇ ਵਿੱਚ ਯੰਗ ਸਪੋਰਟਸ ਕਲੱਬ ਨੇ ਕਬੱਡੀ ਕਰਾਈ ਸੀ ਔਰ ਬਾਅਦ ਦੇ ਵਿੱਚ ਉਸ ਤੋਂ ਬਾਅਦ ਕਬੱਡੀ ਤਾਬਿਆ ਨਹੀਂ ਆਈ ਔਰ ਇਸ ਵੇਲੇ ਮੇਰੇ ਨਾਲ ਸੁਖਜੈਨ ਬਰਾੜ ਹੋਰੀ ਨੇ ਜਿਹੜੇ ਕਿ ਕਬੱਡੀ ਦੇ ਬੜੇ ਮਸ਼ਹੂਰ ਔਰ ਨਾਮਵਰ ਕਮੈਂਟੇਟਰ ਨੇ ਔਰ ਇਸ ਵਾਰੀ 2009 ਤੋਂ ਬਾਅਦ ਪਹਿਲੀ ਵਾਰੀ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਨੇ ਔਰ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ, ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਤੇ ਜਿਹੜੀਆਂ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਨੇ ਉਸ ਤੋਂ ਬਾਅਦ ਤੁਸੀਂ ਕਿੰਨੇ ਕੁ ਉਤਸ਼ਾਹਿਤ ਹੋ? ਹਾਂਜੀ, ਸਭ ਤੋਂ ਪਹਿਲਾਂ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਸਾਰੇ ਸਿੱਖ ਜਨਤ ਨੂੰ ਸਮੁੱਚੀ ਲਕਾਈ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਜਿਹੜੀਆਂ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਬਹੁਤ ਖੁਸ਼ੀ ਦਾ ਮਾਹੌਲ ਹੈ, ਲੋਕ ਬੜੇ ਖੁਸ਼ ਆ ਜਿਹੜੇ ਦਰਸ਼ਕਾਂ ਦੇ ਰੂਪ ਦੇ ਵਿੱਚ ਜੀ। ਕਬੱਡੀ ਪੰਜਾਬੀ ਜਿੱਥੇ ਵੀ ਗਏ ਆ, ਮੈਂ ਕਹਿੰਦਾ ਹੁਣ ਵੀ 100 ਸਾਲ ਬਾਅਦ ਅਸੀਂ ਰੋਜਰ ਸੈਂਟਰ ਦੇ ਵਿੱਚ ਲੈ ਕੇ ਆਏ ਸੀ ਪਰ ਜਦੋਂ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਇੱਕ ਵਾਰੀ ਫਿਰ ਆਸ ਬਣ ਗਈ ਆ ਵੀ ਸ਼ਾਇਦ ਪਰਮਾਤਮਾ ਕਿਰਪਾ ਕਰੇ ਅਸੀਂ ਇੱਕ ਵਾਰੀ ਫਿਰ ਰੋਜਰ ਸੈਂਟਰ ਦੇ ਵਿੱਚ ਵੱਡਾ ਕੱਪ ਲੈ ਕੇ ਆਈਏ ਜੀ। ਅਤੇ ਮੈਂ ਕਹਿੰਦਾ ਹੁਣ ਵੀ ਕਬੱਡੀ ਨਾਲੋਂ ਨਹੀਂ ਸਾਡਾ ਮੋਹ ਕੱਟਿਆ ਤੇ ਪੈ ਗਈਆਂ, ਵਤਨ ਪਿਆਰੇ ਨਾਲੋਂ ਭਾਵੇਂ ਦੂਰੀਆਂ ਨੇ ਅਤੇ ਐਤਕੀ ਪਤਾ ਲੱਗ ਜੂਗਾ ਕਿਹਨਾਂ ਨੇ ਢੁੱਡਾ ਮਾਰ ਕੇ ਦੁੱਧ ਚੁੰਘਿਆ ਅਤੇ ਕਿਹਨਾਂ ਨੇ ਕੁੱਟ ਕੇ ਖਾਧੀਆਂ ਚੂਰੀਆਂ ਨੇ ਅਤੇ ਭਲਵਾਨਾਂ ਦੇ ਮੁਦਕਰਾਂ ਵਰਗੇ ਡੋਲਿਆਂ ਉੱਤੇ ਸ਼ੇਰ ਇੱਕ ਵਾਰੀ ਫਿਰ ਪਾਉਣਗੇ ਘੂਰੀਆਂ ਨੇ ਅਤੇ ਸੁਖਚੈਨ ਬਰਾੜ ਵੱਲੋਂ ਫੈਡਰੇਸ਼ਨਾਂ ਦੇ ਦੋਹਾਂ ਹੀ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਤੇ ਜਿਹਨਾਂ ਨੇ ਕੀਤੀਆਂ ਹੋਈਆਂ ਤਿਆਰੀਆਂ ਪੂਰੀਆਂ ਨੇ। ਬਿਲਕੁਲ ਜੀ, ਔਰ ਜ਼ੋਰ ਕੀਤੇ ਹੀ ਇੱਥੇ ਕੰਮ ਆਉਣੇ ਜੀ, ਟੀਕਿਆਂ ਨਾਲ ਨਾ ਪੈਣੀਆਂ ਪੂਰੀਆਂ ਨੇ। ਬਿਲਕੁਲ ਬਿਲਕੁਲ, ਜਿਹੜਾ ਜਿੱਥੇ ਅਸੀਂ ਬੇਨਤੀ ਕਰਦੇ ਹਾਂ ਵੀ ਅਸੀਂ ਪਲੇਅਰਾਂ ਦੇ ਉੱਤੇ ਕਿੰਤੂ ਪਰੰਤੂ ਕਰਦੇ, ਸਾਡਾ ਜਾਇਜ਼ ਜਾਂ ਨਸ਼ੇ ਨਹੀਂ ਕਰਨੇ ਚਾਹੀਦੇ ਜੀ, ਸਪੋਰਟ ਦੇ ਨਾਲ ਨਸ਼ਿਆਂ ਦਾ ਕੋਈ ਸੰਬੰਧ ਨਹੀਂ ਹੈ ਜੀ, ਪਰ ਮੈਂ ਦਰਸ਼ਕਾਂ ਨੂੰ ਵੀ ਹੱਥ ਜੋੜ ਕੇ ਅੱਜ ਦੇ ਦਿਨ 'ਤੇ ਬੇਨਤੀ ਕਰੂੰਗਾ ਵੀ ਤੁਸੀਂ ਵੀ ਅੱਜ ਤੋਂ ਪਾਲਣ ਕਰੋ ਕਿ ਤੁਸੀਂ ਜਦੋਂ ਕਬੱਡੀ ਵੇਖਣ ਜਾਓਗੇ ਕੋਈ ਨਸ਼ੇ ਦਾ ਇਸਤੇਮਾਲ ਨਹੀਂ ਕਰੋ। ਬਿਲਕੁਲ ਜੀ, ਖਾਸ ਕਰਕੇ ਦਰਸ਼ਕ ਕਰਨੀ, ਪ੍ਰਬੰਧਕਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਜੀ ਕਿ ਉਹ ਵੀ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਕਰਨ। ਹਾਂਜੀ ਬਿਲਕੁਲ ਬਿਲਕੁਲ, ਅਸੀਂ ਤਾਂ ਬੇਨਤੀ ਇਦੋਂ ਕਰੀ ਕਰਾਂਗੇ ਵੀ ਅਸੀਂ ਕੇਸ ਦਾੜੀਆਂ ਰੱਖ ਕੇ ਸਾਰੇ ਸਿੱਖ ਸਜ ਕੇ ਪ੍ਰਬੰਧਕ ਵਧੀਆ ਹੋਣ, ਪਤਾ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੀ ਕੇਸ ਦਾੜੀ ਰੱਖਣੇ ਆ ਰਾਣਾ ਜੀ। ਬਿਲਕੁਲ ਜੀ, ਔਰ ਦੂਜੀ ਚੀਜ਼ ਹੈ ਵੀ ਸਾਨੂੰ ਸਿੱਖੀ ਰੋਹ ਰੀਤਾਂ ਦੇ ਨਾਲ ਜੁੜਨਾ ਚਾਹੀਦਾ ਔਰ ਜਿਹੜੀ ਨਸ਼ਿਆਂ ਦਾ ਦੈਂਤ ਪੂਰੇ ਪੰਜਾਬ ਨੂੰ ਪੂਰੇ ਦੁਨੀਆ ਦੇ ਵਿੱਚ ਖਾ ਰਿਹਾ ਔਰ ਉਸ ਤੋਂ ਜ਼ਰੂਰ ਅਵੇਅਰਨੈਸ ਹੋਣੀ ਚਾਹੀਦੀ ਆ, ਉਹਦੇ ਨੁਕਸਾਨ ਫਾਇਦੇ ਪਤਾ ਹੋਣੇ ਚਾਹੀਦੇ ਆ, ਜਿੰਨਾ ਚਿਰ ਫਾਇਦੇ ਨੁਕਸਾਨ ਪਤਾ ਨਾ ਹੋਣਗੇ ਉਨਾ ਚਿਰ ਇਸੇ ਢੰਗ ਦੇ ਨਾਲ ਹੀ ਸੇਵਨ ਹੁੰਦਾ ਰਹਿਣਾ। ਹਾਂ ਬਿਲਕੁਲ ਜੀ, ਕਬੱਡੀ ਦਾ ਬਹੁਤ ਤੁਸੀਂ ਬੜੇ ਚੰਗੇ ਪ੍ਰਬੰਧਕਾਂ ਦੇ ਵਿੱਚ ਤੁਹਾਡਾ ਨਾਂ ਹੈ, ਲੋਕ ਤੁਹਾਨੂੰ ਜਾਣਦੇ ਵੀ ਰਾਣਾ ਸਿੱਧੂ ਕੌਣ ਆ, ਦੋਹਾਂ ਭਰਾਵਾਂ ਨੇ ਬੜੀ ਇਹਦੇ ਵਾਸਤੇ ਵਰਕ ਕੀਤਾ ਅਤੇ ਇਹਦੇ ਵਾਸਤੇ ਮੈਂ ਜਿੱਥੇ ਤੁਹਾਨੂੰ ਵਧਾਈ ਦੇਣਾ ਉੱਥੇ ਸੁਰ ਸਕਦੀ ਸਮੁੱਚੀ ਟੀਮ ਨੂੰ, ਪੰਨੂ ਸਾਵਣਾ ਨੂੰ ਚੇਚੇ ਤੌਰ 'ਤੇ ਵਧਾਈ ਦੇਣਾ ਕਿ ਜਿਹੜੇ ਸਾਡੇ ਸ਼ਹਿਰ ਦੇ ਜਿੰਨੇ ਵੀ ਚੰਗੇ ਕੰਮ ਹੁੰਦੇ ਆ ਸਾਡੀ ਕਮਿਊਨਿਟੀ ਦੇ ਵਿੱਚ, ਚੜ੍ਹਦੀ ਕਲਾ ਵਾਲੀ ਗੱਲ ਹੁੰਦੀ ਉਹਨੂੰ ਨੋਟ ਕਰਕੇ ਲੋਕਾਂ ਦੇ ਘਰ ਘਰ ਪਹੁੰਚਦੇ ਕਰਦੇ, ਬਹੁਤ ਮਿਹਰਬਾਨੀ ਜੀ, ਬਹੁਤ ਸਾਰੇ ਲੋਕ ਨਹੀਂ ਪਹੁੰਚ ਸਕੇ ਹੋਣੇ ਜੀ ਅੱਜ ਸੁਰ ਸਾਗਰ ਤੋਂ ਦੇਖ ਕੇ, ਉਹਨਾਂ ਨੂੰ ਲੱਗੂਗਾ ਵੀ ਅਸੀਂ ਵਿੱਚ ਇਨਵੋਲਵ ਹੋ ਗਏ, ਧੰਨਵਾਦ ਹੈ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਸਰਦਾਰੀ ਟੀਵੀ ਅਤੇ SSTV ਦੋਨਾਂ ਦੇ ਉੱਪਰ ਇਹ ਜਿਹੜਾ ਨਗਰ ਕੀਰਤਨ ਉਹ ਦਿਖਾਇਆ ਜਾਣਾ ਔਰ ਉਮੀਦ ਹੈ ਕਿ ਤੁਸੀਂ ਸਾਡੀ ਇਸ ਕੋਸ਼ਿਸ਼ ਨੂੰ ਜ਼ਰੂਰ ਪਸੰਦ ਕਰੋਗੇ। ਸੋ ਵੀ ਹੈਵ ਸਟਾਫ ਸਰਜਨ ਅਮੰਗ ਅਸ, ਵੈਲਕਮ ਟੂ ਦਾ ਸ਼ੋਅ ਸਰ। ਥੈਂਕ ਯੂ। ਵਾਟ ਯੂ ਵਾਂਟ ਟੂ ਸੇ ਟੂਡੇ? ਯੂ ਨੋ, ਆਈ ਜਸਟ ਵਾਂਟ ਟੂ ਸੇ ਥੈਂਕ ਯੂ ਟੂ ਦਾ ਸਿੱਖ ਕਮਿਊਨਿਟੀ for hosting such a wonderfully organized parade on the occasion of Khalsa Day. It's absolutely tremendous to see all of the community rally around such a tremendous day. We have a number of our Sikh officers that are here joining us today from Toronto Police and from the OPP as well. And we're having a great time. And everybody is enjoying the hospitality of all the participants. The Sikh community is a very giving community, as you can see, and a very caring community. We thank you for inviting us to your thank you too, and you know, on behalf of Sikh community, so we would like to thank Toronto Police and the whole Toronto City Hall. Thank you. On behalf of Chief Mark Saunders, I accept your thank you. Thank you very much. Much appreciated. Thank you. Thank you. ਅਸੀਂ ਪਹਿਲਾਂ ਦੱਸਦੇ ਹਟੇ ਆ ਕਿ 2009 ਤੋਂ ਬਾਅਦ ਪਹਿਲੀ ਵਾਰ ਸਮੁੱਚੀਆਂ ਕਬੱਡੀ ਫੈਡਰੇਸ਼ਨਾਂ ਇੱਕ ਝੰਡੇ ਹੇਠ ਇਕੱਠੀਆਂ ਹੋਈਆਂ ਨੇ। ਸੋ ਮੇਰੇ ਨਾਲ ਇਸ ਸਾਲ ਸਾਡੇ ਪ੍ਰਧਾਨ ਜਸਵਿੰਦਰ ਸ਼ੋਕਰ ਹੋਰੀ ਨੇ ਅਤੇ ਸਮੁੱਚੀ ਫੈਡਰੇਸ਼ਨ ਹੈ ਔਰ ਬਹੁਤ ਬਹੁਤ ਮੁਬਾਰਕਾਂ ਜੀ ਵਿਸਾਖੀ ਦੇ ਮੌਕੇ 'ਤੇ। ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਖਾਲਸੇ ਦੇ ਜਨਮ ਦਿਨ ਦੀਆਂ, ਸਾਰੇ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਜੀ। ਸੋ ਐਤਕੀ ਫੈਡਰੇਸ਼ਨ ਜਿਹੜੀ ਆ ਉਹ ਇੱਕ ਝੰਡੇ ਥੱਲੇ ਇਕੱਠੀ ਹੋਈ ਆ ਔਰ ਜਿਹੜੇ ਕਬੱਡੀ ਦੇ ਦਰਸ਼ਕ ਨੇ ਉਹ ਇੱਕ ਵਧੀਆ ਗੇਮ ਦਾ ਦੀ ਉਮੀਦ ਕਰ ਸਕਦੇ ਨੇ? ਡੈਫੀਨੇਟਲੀ ਜੀ, ਬਹੁਤ ਵਧੀਆ ਐਤਕੀ ਟੂਰਨਾਮੈਂਟ ਹੋਣਗੇ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਐਤਕੀ ਟੌਪ ਦੇ ਟੂਰਨਾਮੈਂਟ ਹੋਣਗੇ। ਸੋ ਮੇਰੇ ਨਾਲ ਮੇਜਰ ਸਿੰਘ ਨੱਤ ਹੋਰੀ ਨੇ ਏਸ਼ੀਅਨ ਫੂਡ ਤੋਂ ਔਰ ਉਹ ਸਾਹਮਣੇ ਆਪਾਂ ਨੂੰ ਸਕਾਈ ਡੋਮ ਦਿਸਦਾ ਜੀ ਔਰ ਜਦੋਂ ਸਕਾਈ ਡੋਮ ਦੇ ਵਿੱਚ ਲਾਸਟ ਵਾਰੀ ਕਬੱਡੀ ਹੋਈ ਆ ਉਸ ਤੋਂ ਬਾਅਦ ਫੈਡਰੇਸ਼ਨ ਅਲੱਗ ਅਲੱਗ ਹੋ ਗਈਆਂ ਸੀ ਔਰ ਦੁਬਾਰਾ ਪਹਿਲੀ ਵਾਰ ਇਸ ਸਾਲ ਇਕੱਠੀਆਂ ਹੋਈਆਂ ਨੇ, ਕੀ ਮਹਿਸੂਸ ਕਰ ਰਹੇ ਹੋ? ਰਾਣਾ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੀ ਸਮੁੱਚੀ ਅੰਟਾਰੀਓ ਜਿਹੜੀ ਕਬੱਡੀ ਆ ਇੱਕ ਝੰਡੇ ਥੱਲੇ ਇਕੱਠੀ ਹੋ ਗਈ ਆ ਅਤੇ ਹੁਣ ਆਪਾਂ ਲੱਗਦਾ ਹੈ ਕਿ ਫਿਰ ਆਪਾਂ ਰੋਜਰ ਸੈਂਟਰ ਜਾਂ ਸਕਾਈਡੋਨ ਦੇ ਵਿੱਚ ਅਗਲੇ ਸਾਲਾਂ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੀ
ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਸਾਰੀ ਸਮੁੱਚੀ ਇਲਾਕਾਈ ਨੂੰ ਖਾਲਸੇ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਤੋ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ, ਮੇਰੇ ਨਾਲ ਇਸ ਵੇਲੇ ਗੁਰਪ੍ਰੀਤ ਸਿੰਘ ਬਾਲ ਹੋਰੀ ਨੇ, ਮੁਬਾਰਕਾਂ ਜੀ ਅੱਜ ਦੇ ਇਸ ਪਵਿੱਤਰ ਮੌਕੇ 'ਤੇ। ਹਾਂਜੀ, ਸਰਦਾਰੀ ਪ੍ਰੋਗਰਾਮ ਦੇ ਸਮੁੱਚੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਮੈਂ ਸਮੂਹ ਖਾਲਸਾ ਪੰਥ ਨੂੰ ਖਾਲਸਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਅੱਜ ਟੋਰਾਂਟੋ ਦੀ ਧਰਤੀ 'ਤੇ ਠਾਠਾਂ ਮਾਰਦਾ ਇਕੱਠ, ਜੋ ਦੇਖਣ ਦੇ ਵਿੱਚ ਇੱਕ ਮਿਸਾਲ ਹੈ ਅੱਜ ਕਿੱਦਾਂ ਸਤਿਗੁਰ ਕਿਰਪਾ ਨਾਲ ਵੈਦਰ ਵਧੀਆ, ਕੇਸਰੀ ਦਸਤਾਰਾਂ ਕੇਸਰੀ ਦੁਪੱਟਿਆਂ ਦੇ ਨਾਲ ਟੋਰਾਂਟੋ ਦੀਆਂ ਗਲੀਆਂ ਝੂਮ ਰਹੀਆਂ ਇਸ ਵੇਲੇ। ਇੱਕ ਵਾਰੀ ਫਿਰ ਮੈਂ ਖਾਲਸਾ ਪੰਥ ਦੇ ਚੈਨਲ 'ਚ ਇਹੋ ਹੀ ਬੇਨਤੀ ਕਰਦਾ ਕਿ ਜਦੋਂ ਸਰਦਾਰੀ ਟੀ ਵੀ 'ਤੇ ਮੇਰਾ ਛੋਟਾ ਵੀਰ ਰਾਣਾ ਜੀ ਪ੍ਰੋਮ ਪੇਸ਼ ਕਰਦੇ ਆ, ਇੱਕ ਵੱਖਰੀ ਕਿਸਮ ਦਾ ਪ੍ਰੋਮ ਹੁੰਦਾ। ਮੈਂ ਖਾਲਸਾ ਦੇ ਅਤੇ ਰਾਣਾ ਮੇਰਾ ਵੀਰ ਨਾਲ ਆ, ਇਹਨੂੰ ਇਹੋ ਹੀ ਕਹਿੰਦਾ ਕਿ ਜਦੋਂ ਵੀ ਗੱਲ ਮੈਸੇਜ ਬਾਹਰ ਜਾਵੇ, ਹਮੇਸ਼ਾ ਹੀ ਕੌਮ ਨੂੰ ਸੇਧ ਦੇਣ ਵਾਲਾ ਬੜਾ ਮਾਣ ਇਸ ਵੀਰ 'ਤੇ। ਰੇਡੀਓ ਪ੍ਰੋਮ ਦੇ ਉੱਪਰ ਵੀ, ਟੀ ਵੀ ਦੇ ਉੱਪਰ ਵੀ ਬਹੁਤ ਸੁਲਝੇ ਸੁਚੱਜੇ ਤਰੀਕੇ ਨਾਲ ਪ੍ਰੋਮ ਕਰਦਾ। ਇਹੋ ਹੀ ਅਰਦਾਸ ਕਰਦਾ ਕਿ ਇਸ ਮੇਰੇ ਵੀਰ ਨੂੰ ਸਤਿਗੁਰ ਚੜ੍ਹਦੀ ਕਲਾ 'ਚ ਰੱਖਣ ਅਤੇ ਕੌਮ ਦੀ, ਪੰਜਾਬੀਅਤ ਦੀ, ਮਨੁੱਖਤਾ ਦੀ ਸੇਵਾ ਕਰਨ ਦਾ ਹਿੰਮਤ ਅਤੇ ਬਲ ਬਖਸ਼ਣ। ਇੱਕ ਵਾਰੀ ਫਿਰ ਸਮੂਹ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਚੰਗੇ ਸ਼ਬਦਾਂ ਲਈ। ਸੋ ਇਸ ਵੇਲੇ ਆਪਾਂ ਤਕਰੀਬਨ ਰੀ ਸਟਰੀਟ, ਜਿੱਥੋਂ ਕਿ ਖੱਬੇ ਮੁੜਨਾ, ਉੱਥੇ ਪਹੁੰਚ ਚੁੱਕੇ ਹਾਂ। ਔਰ ਇੱਧਰਲੇ ਪਾਸੇ ਰੋਜਰ ਸੈਂਟਰ ਤੁਹਾਨੂੰ ਦਿਖਾਈ ਦੇ ਰਿਹਾ, ਸੋ ਜਿਹਨੂੰ ਕਿ ਆਪਾਂ ਸਕਾਈ ਡੋਮ ਕਹਿੰਦੇ ਹਾਂ। ਔਰ ਇਸ ਸਕਾਈ ਡੋਮ ਦੇ ਵਿੱਚ 2009 ਦੇ ਵਿੱਚ ਕਬੱਡੀ ਹੋਈ ਸੀ, ਔਰ ਉਸ ਤੋਂ ਬਾਅਦ ਕਬੱਡੀ ਜ਼ਰੂਰ ਖਖੜੀਆਂ ਹੋ ਗਈ ਸੀ, ਔਰ ਇਹ ਇੱਕ ਰੀਝ ਰਹਿ ਗਈ ਸੀ ਕਿ ਪਤਾ ਨਹੀਂ ਮੁੜ ਕੇ ਦੁਬਾਰਾ ਸਕਾਈ ਡੋਮ ਤੱਕ ਗੱਲ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਹੁਣ ਫੈਡਰੇਸ਼ਨਾਂ ਇੱਕ ਹੋਈਆਂ ਨੇ, ਔਰ ਹੋ ਸਕਦਾ ਕਿ ਬਹੁਤ ਜਲਦੀ ਇਸੇ ਸਕਾਈ ਡੋਮ ਦੇ ਵਿੱਚ ਦੁਬਾਰਾ ਕਬੱਡੀਆਂ ਪੈਣਗੀਆਂ। ਸੋ ਇਸ ਵੇਲੇ ਅਸੀਂ ਯੋਰਕ ਸਟਰੀਟ ਅਤੇ ਬ੍ਰੈਮਰ ਦੇ ਕੋਰਨਰ 'ਤੇ ਪਹੁੰਚ ਚੁੱਕੇ ਹਾਂ, ਔਰ ਨੱਚ ਬੱਲੀਏ ਦੀ ਪੂਰੀ ਟੀਮ ਸਾਡੇ ਨਾਲ ਆ ਜੀ। ਮੁਬਾਰਕਾਂ ਜੀ ਅੱਜ ਦੇ ਦਿਨ ਦੀਆਂ। ਤੁਹਾਨੂੰ ਵੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਸਾਰਿਆਂ ਨੂੰ। ਸੋ ਤੁਸੀਂ ਅੱਜ ਇੱਥੇ ਕੀ ਕਰ ਰਹੇ ਹੋ? ਅਸੀਂ ਗੁਰੂ ਨਾਨਕ ਦੇਵ ਜੀ ਦਾ ਹੀ ਮੈਸੇਜ ਲੈ ਕੇ ਇੱਥੇ ਆਏ ਹਾਂ। ਸੋ ਕਿਉਂ ਮੰਦਾ ਆਖੀਏ ਜਿਸ ਜਾਂ ਮੇਰਾ ਜਾਨ, ਜੋ ਕਿ ਸਾਡੀ ਆਰਗਨਾਈਜੇਸ਼ਨ ਦਾ ਮੈਸੇਜ ਹੈ ਕਿ ਆਪਾਂ ਕੁੜੀਆਂ ਦੀਆਂ ਖੁਸ਼ੀਆਂ ਮਨਾਈਏ। ਔਰ ਤੁਸੀਂ ਪਹਿਲੀ ਵਾਰ ਸ਼ਾਇਦ ਦੇਖਿਆ ਹੋਣਾ ਕਿ ਐਤਕੀ ਨਗਰ ਕੀਰਤਨ ਦੇ ਬਿਲਕੁਲ ਪੰਜ ਪਿਆਰਿਆਂ ਤੋਂ ਬਾਅਦ ਵੀ ਜਿਹੜੀਆਂ ਪੂਰੀਆਂ ਸਰੂਪ ਦੇ ਵਿੱਚ ਲੜਕੀਆਂ ਪਹਿਲੀ ਵਾਰ ਲੱਗੀਆਂ ਨੇ, ਸੋ ਤੁਸੀਂ ਕੁਝ ਪਹਿਲਾਂ ਨਾਲੋਂ ਫਰਕ ਮਹਿਸੂਸ ਕੀਤਾ? ਅਸੀਂ ਕਰ ਰਹੇ ਹਾਂ ਫਰਕ, ਆਪਣੀ ਕਮਿਊਨਿਟੀ ਸੋਚ ਰਹੀ ਹੈ ਕਿ ਆਪਾਂ ਨੂੰ ਬਰਾਬਰਤਾ ਰੱਖਣੀ ਚਾਹੀਦੀ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਇਹ ਹੋ ਰਿਹਾ ਆਪਣੀ ਕਮਿਊਨਿਟੀ ਦੇ ਵਿੱਚ। ਬਿਲਕੁਲ ਜੀ, ਜਿਵੇਂ ਪਹਿਲਾਂ ਕਹਿ ਗਿਆ ਵੀ ਔਰਤ ਦੀ ਬਰਾਬਰਤਾ ਵਾਸਤੇ ਜਿਹੜੀ ਆਵਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਠਾਈ ਸੀ, ਉਸ ਆਵਾਜ਼ ਨੂੰ ਅੱਗੇ ਤੋਰਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਇਸ ਵੇਲੇ ਨਗਰ ਕੀਰਤਨ ਦਾ ਜਿਹੜਾ ਬਿਲਕੁਲ ਆਰੰਭ ਹੈ ਉਹ ਪਹੁੰਚ ਚੁੱਕਾ ਜੀ ਯੂਨੀਵਰਸਿਟੀ ਐਂਡ ਫਰੰਟ ਸਟਰੀਟ ਦੇ ਉੱਪਰ। ਔਰ ਸਭ ਤੋਂ ਪਹਿਲਾਂ ਜਿਹੜੇ ਇਹ ਢੋਲ ਵਾਲਾ ਦਾ ਗਰੁੱਪ ਹੈ ਇਹ ਨਗਰ ਕੀਰਤਨ ਦੀ ਅਗਵਾਈ ਕਰ ਰਿਹਾ, ਉਸ ਤੋਂ ਬਾਅਦ ਓਨਟੈਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਦੇ ਬੈਨਰ ਵਾਲੀ ਜੀਪ ਹੈ, ਉਸ ਤੋਂ ਬਾਅਦ ਖਾਲਸਾ ਕਮਿਊਨਿਟੀ ਸਕੂਲ ਉਹਨਾਂ ਦਾ ਇਹ ਬੈਂਡ ਹੈ, ਔਰ ਫਿਰ ਜਿਹੜੇ ਬਾਕੀ ਦੇ ਫਲੋਟ ਜਿਹੜੇ ਨੇ ਉਹ ਤਰਤੀਬਵਾਰ ਨੇ। ਔਰ ਇਕੱਲੇ ਇਕੱਲੇ ਫਲੋਟ ਦੀ ਜਾਣਕਾਰੀ, ਇਕੱਲੇ ਇਕੱਲੇ ਫਲੋਟ ਦਾ ਜਿਹੜਾ ਵਿਸਥਾਰ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ। ਔਰ ਹੁਣ ਤਕਰੀਬਨ ਵੱਧ ਤੋਂ ਵੱਧ 5 ਮਿੰਟ ਹੋਰ ਲੱਗਣੇ ਨੇ ਜੀ ਇਸ ਨਗਰ ਕੀਰਤਨ ਨੂੰ ਸਿਟੀ ਹਾਲ ਦੇ ਵਿੱਚ ਪਹੁੰਚਣ ਲਈ। ਇਸ ਵੇਲੇ 3:15 ਜਿਹੜੇ ਨੇ ਉਹ ਹੋ ਚੁੱਕੇ ਨੇ, ਔਰ ਤਕਰੀਬਨ 4 ਵਜੇ ਦੇ ਕਰੀਬ ਜਿਹੜੀ ਆ ਸਾਰੇ ਦਾ ਸਾਰਾ
नगर कीर्तन जिहड़ा उत्थे पहुँच जाएगा। और जिहड़ा इह दूजा फ्लोट है वह सिख हैरीटेज मंथ जदों दा ऐलानिया गया और एक वड्डी प्राप्ति जिहड़ी आ उह कही जा सकदी आ, भावें कि सिख जिहड़े ने उह इस मुल्क दे विच आया नूं 100 साल तों उपर हो गया और वख-वख सूबयां दीआं सरकारां ने इस विसाखी के महीने नूं जिहड़ा उह सिख हैरीटेज मंथ वजों मनाउणा शुरू कर दित्ता और वख-वख सरकारी अदारियां दे विच इस नूं बहुत वड्डे पद्धर दे उपर मनाया जांदा। जिहड़ा सिक्खी दे नाल संबंधित लिटरेचर है वह उत्थे पहुँचदा कीता जांदा और बहुत सारे समागम जिहड़े ने खास करके जिहड़े ककार ने केस कंघा कड़ा कृपान कछ इह इहनां बारे जानकारी जिहड़ी आ उह सरकारी तौर दे उपर पहुँचाई जांदी है। इस तों बाद जिहड़ा फ्लोट हुण तुसीं देख रहे हो बहुत सारे जिहड़े साडे पुरातन साज ने वो अलोप होंदे जा रहे ने। अजकल जिहड़े कीर्तनीए ने वो फिल्मी धुनां दे उपर फिल्मी तर्जां दे उपर कीर्तन करके उहनां नूं ज़्यादा स्वाद आउंदा। जदों श्री गुरु ग्रंथ साहिब की बाणी रची गई है गुरु साहिबाना ने बकायदा उस नूं रागां दे विच ढालिया उस दी बंदिश आरोह अवरोह सारा कुछ निश्चित किया और हर राग का गाउण का एक अपना समा अपना एक विधि हुंदी है। पर साडे जिहड़े कच्च घरड़ कीर्तनीए ने जिहड़े विचारे सिर्फ ते सिर्फ अपनी रोजी रोटी नूं बतौर कीर्तन मंनदे ने उह कीर्तन सीखण दे विच उन्ना ज़्यादा यकीन नहीं रखते। फिल्मी तर्जा के उपर लोग भी जिहड़े ने ज़्यादा झूमते ने जदों क्लासीकल जिस राग दे विच गुरबाणी रची गई है जदों उहदे विच कोई कीर्तनिया कीर्तन करता होवे ते संगतां नूं भी आनंद कहिंदे घट आउंदा। पर हाँ कई बार जिहदे विच सुर भारू ते शब्द जिहड़े ने पिछे पै जांदे ने उहनां दे विच इहो जिही दिक्कत जरूर आउंदी आ। पर जिहड़े कीर्तनीए पुराने चाहे वह तउस होवे चाहे सारंगी होवे चाहे जोड़ी होवे चाहे रबाब होवे जिहड़े उस दे नाल प्रॉपर कीर्तन करना जानते ने सो उहनां नूं सुणदे आ जिहड़ा एक वक्खरा ही आनंद आउंदा। और इस वेले जिहड़े रबाब अते तउस दीआं तस्वीरां भी और सार्थक पद्धर दे विच भी उह इत्थे इस फ्लोट दे उपर सजाए गए ने। सो उस तों बाद जिहड़े साडे सिंघ ने उह देख देख फतेह राज करेगा खालसा उहदे नारे लाउंदे तुरे जांदे ने। कुछ क चीज़ां जिहड़ियां ने उह सिर्फ एक रसम बन के रहि गईआं ने। सो इस जे जिहड़े अज असीं गुरू की अगवाई दे विच चल रहे हैं धन धन साहिब श्री गुरु ग्रंथ साहब और उस नूं पढ़ के उस ते अमल करना जिहड़ा जी उह बहुत जरूरी आ। पिछले दिन तुसीं सत्कार कमेटी वालों कुछ एक लोगों का कटापा जरूर देखा होगा वह कहिंदे सी कि भाई इन्हां ने बेअदबी की आ। सो इहदे च सवाल हुण इह उठदा भी अदब की आ सत्कार की आ की सिर्फ ते सिर्फ श्री गुरु ग्रंथ साहिब नूं महंगे तो महंगे रुमालियां दे विच लपेट के साफ सुथरिया जगह के उपर लजाना ही सत्कार है या फिर जिहड़ा असीं शब्द रोज़ शाम नूं पढ़दे आ कि जिथे जाए बहे मेरा सतगुरु सो स्थान सुहावा राम राजे जिस थान ते गुरु जी चल जाते हैं वो जिहड़ा जगह आ वो जिहड़ा थान है वह पवित्र हो जाता। वैसे पवित्र अपवित्र वाला भी जिहड़ा सिद्धांत है वह भी सानू सिक्खी तो नहीं मिलिया वह भी सानू साडी ब्राह्मणवादी सोच तो मिलिया। खैर उन्हां गल्लां दे विच ना पैंदे होए असल दे विच जिहड़ा सत्कार श्री गुरु ग्रंथ साहिब दा ये है कि उस नूं पढ़ के उहदे विचले जिहड़े सिद्धांत ने उस नूं जीवन दे विच ढालिया जावे क्योंकि सिक्खी जिहड़ी आ सिक्खी इज़ ए वे ऑफ लाइफ। और अज जिहड़ी एक होर वक्खरी गल जिहड़ी पिछले सालां नालों देखी गई है वह ये कि संगतां जिहड़ियां ने सारी वाट बिल्कुल किनारियां दे उपर खड़ियां ने और जदों आपां सवेरे सवेरे देखते सी बैटर लिविंग सेंटर दे विच उदों लगता सी कि पिछले सालों नालों संगत घट है पर क्योंकि संगत जिहड़ी आ उह साइडां दे उपर किनारियां दे उपर जिहड़े साडे साइडवॉक्स ने उहनां दे उपर वड्डी गिणती विच सारी वाट ही खड़ी है जी। और मैनूं लगता कि जदों नगर कीर्तन की समाप्ति होवेगी उदों पिछले सालों नालों कितें वाधे इकट्ठ जिहड़ा हो सकदा। और वख-वख जिहड़ियां ने जिहड़े मीडिया अदारे ने वख-वख जिहड़ियां अखबारां ने
उन्होंने कल नूं गिणती लिखनी है, हर एक दा आपो अपना अंदाजा होना, पर संगतां जिहड़ियां ने उह हमेशा दी तरह जिहड़ा जिस ढंग नाल उत्साह हुंदा है उदों किते वध उत्साह जिहड़ा उह इस वारी है। जिहड़ा फ्लोट तुसीं हुण देखोगे इस नूं बड़े खूबसूरत ढंग दे नाल तरतीब दित्ती गई है, और जिवें असीं पहलां जिक्र कर चुके हां कि सिखां नूं कनेडा दे विच आया 100 साल तों उपर दा समां हो गया। सो ये फ्लोट जिहड़ा आ उह सिखां दी कनेडा दे विच 100 साल आमद नूं दर्शाउंदा है कि जदों सदी दे बिल्कुल आरंभ दे विच जदों सिख कनेडा दे विच पहुंचे ने, सो जिहड़ी कनेडा दे विच रेलवे है, रेलवे की उसारी दे विच जिहड़े सिख उस समय आए सन उन्हां दा बड़ा वड्डा योगदान है, और फिर सिखां नूं इस मुल्क दे विच अपनी पहचान दबाउण दे विच जिस ढंग दे नाल साडे बजुर्गां ने कुरबानियां कीतियां ने, और अज अजोके समय दे विच सिख जिहड़े ने उह चाहे कैनेडियन फौज होवे जां फिर कैनेडा भर दे विच वख-वख शहरां दीआं वख-वख सूबिआं दीआं पुलिस फोर्सिज होण, उहनां दे विच सिख मौजूद ने, और चाहे कामा गाटा मारू होवे जिहड़ी 99 साल दे उपर टिकट गुरबख्श सिंह मल्ली होरां दे जतनां दे नाल जारी करवाई गई सी डाक टिकट उह वी, ते कामा गाटा मारू दी टिकट जिहड़ी आ उहनां दीआं तस्वीरां जिहड़ियां ने उह सुशोभित कीतियां गईआं ने, और उस तों बाद तुसीं देख रहे हो कि इस वारी जिहड़ी कैनेडा दी आर्मी है उहदे विच जिहड़ी सिख रेजीमेंट है उहदे जवान शामिल ने, और इस वारी जिहड़ी आ उह आर्मी दी इक तोप ते नाल जिहड़ा आर्मी दा इक वड्डा वहीकल है उस नूं इस नगर कीर्तन दा हिस्सा बनाया गया। हुण तकरीबन मारे दी सवारी इत्थे जिथे असीं खड़े हाँ फ्रंट स्ट्रीट अते यूनिवर्सिटी स्ट्रीट ते पहुँचण दे विच कुछ एक मिनट बाकी ने, और जिहड़ा अगला फ्लोर तुसीं देख रहे हो एक वैन दे उपर गोल्डन एरा ऑफ सिक्स 1799 तों 1849 तक दा उह दर्शाया गया, और महाराजा रणजीत सिंह दा राज होवे जां फिर उस तों बाद मिसलां दा इतिहास जदों आपां बाबा बंदा सिंह बहादुर तों एक्चुअली लै के ते सिख मिसलां दा इतिहास पढ़दे हां उहदियां कहानियां जदों असीं पढ़दे हां, सो अज जो कुछ वरतारा वापर रिहा ते उस समय जो कुछ वापरदा सी उहदे विच कोई बहुता फर्क रह नहीं जांदा, सिर्फ नाम बदले ने, घटनावां बदलियां ने, बाकी जो कुछ उस समय वापरदा सी अज अजोके समय दे विच वी उही कुछ वापर रहा। पर हुण सुनण वाली देखण वाली विचारण वाली गल इह है कि जिहड़े साडे पूर्वजां ने कम कीते ने असीं उहनां दे कम्मां दा जिक्र करके जकारे लाउण तक कदों तक सीमित रहांगे, ਕਰੋ ਤੱਕ ਅਸੀਂ ਪੂਰਵਜਾਂ ਦੀਆਂ ਕੀਤੀਆਂ 'ਤੇ ਡਿੰਗੀਆਂ ਮਾਰਦੇ ਰਹਾਂਗੇ, ਔਰ ਆਪਣੀ ਜ਼ਿੰਦਗੀ ਨੂੰ ਜੋ ਸਾਨੂੰ ਦ੍ਰਿਸ਼ਟਾਂਤ ਉਹ ਦੇ ਕੇ ਗਏ ਨੇ ਜੋ ਸਾਨੂੰ ਉਦਾਹਰਣਾਂ ਵਾਂ ਗੁਰਸਿੱਖ ਚਾਲ ਚੱਲੇ ਗੁਰਚਾਲੀ ਉਸ ਦੇ ਉੱਪਰ ਕਦੋਂ ਅਮਲ ਕਰਨਾ ਸ਼ੁਰੂ ਕਰਾਂਗੇ। ਸੋ ਹੁਣ ਜਿਹੜਾ ਬਾਹਰ ਆਹ ਫਲੋਟ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹਦੇ ਵਿੱਚ ਦਸਤਾਰ ਜਿਹੜੀ ਆ ਉਸ ਦੀ ਮਹੱਤਤਾ ਬਾਰੇ ਜ਼ਿਕਰ ਕੀਤਾ ਗਿਆ, ਔਰ ਵੱਖ ਵੱਖ ਜਿਹੜੇ ਨੌਜਵਾਨ ਨੇ ਬੱਚੇ ਨੇ ਬੱਚੀਆਂ ਨੇ ਉਹਨਾਂ ਦੇ ਜਿਹੜੀਆਂ ਦਸਤਾਰਾਂ ਵਾਲੀਆਂ ਫੋਟੋ ਨੇ ਮਾਈ ਭਾਗੋ ਜੀ ਤੋਂ ਲੈ ਕੇ ਅਤੇ ਹੁਣ ਤੱਕ ਵੱਖ ਵੱਖ ਫੋਰਸਿਸ ਦੇ ਵਿੱਚ ਜਿਹੜੀਆਂ ਬੱਚੀਆਂ ਕੰਮ ਕਰਦੀਆਂ ਨੇ ਉਹਨਾਂ ਦੀਆਂ ਤਸਵੀਰਾਂ ਸਜਾ ਕੇ ਇਹ ਫਲੋਟ ਜਿਹੜਾ ਸਜਾਇਆ ਗਿਆ। ਔਰ ਹੁਣ ਤੁਸੀਂ ਓਨਟੈਰੀਓ ਖਾਲਸਾ ਦਰਬਾਰ ਜਿਹੜਾ ਸਕੂਲ ਹੈ ਉਹਦਾ ਬੈਂਡ ਦੇਖ ਰਹੇ ਹੋ, ਔਰ ਉਸ ਬੈਂਡ ਤੋਂ ਮਗਰ ਜਿਹੜੀ ਸੰਗਤ ਨੇ ਔਰ ਇਹਨਾਂ ਬੱਚਿਆਂ ਦੇ ਜਿਹੜੇ ਮਾਪੇ ਨੇ ਉਹ ਤੁਸੀਂ ਦੇਖ ਸਕਦੇ ਹੋ, ਔਰ ਇੱਕ ਬਹੁਤ ਖੂਬਸੂਰਤ ਪਾਲਕੀ ਪਿਛਲੇ ਦਿਨਾਂ ਤੋਂ ਜਿਹੜੀ ਤਿਆਰ ਕੀਤੀ ਗਈ ਆ ਉਹਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਹੈ, ਔਰ ਉਹਦੇ ਪਿਛਲੇ ਪਾਸੇ ਜਿਹੜਾ ਟ੍ਰੇਲਰ ਆ ਉਹਦੇ ਵਿੱਚ ਤਕਰੀਬਨ 3 ਕੁਇੰਟਲ ਜਿਹੜਾ ਉਹ ਕੜਾਹ ਪ੍ਰਸ਼ਾਦ ਦੀ ਦੇਗ ਪੈ ਜਾਂਦੀ ਆ, ਔਰ ਤਕਰੀਬਨ 2 ਵਾਰੀ ਉਸ ਨੂੰ ਰੀਫਿਲ ਕੀਤਾ ਜਾਂਦਾ, ਸੰਗਤ ਜਿਹੜੀ ਆ ਵੱਡੀ ਤਾਦਾਦ ਦੇ ਵਿੱਚ ਪਹੁੰਚਦੀ ਆ। ਨਾਲ ਦੀ ਨਾਲ ਤੁਹਾਨੂੰ ਇਹ ਵੀ ਯਾਦ ਕਰਵਾ ਦਈਏ ਕਿ ਇਸ 3 ਤਰੀਕ ਨੂੰ ਅਗਲੇ ਹਫ਼ਤੇ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਲੈ ਕੇ
सिख स्पिरिचुअल सेंटर रैक्सटेल गुरद्वारा साहब तक जिहड़ा नगर कीर्तन आउंदा ओह सजाया जाएगा, उहदे विच वी तुसीं जरूर शिरकत करनी। आह जिहड़ा अज दा दिन सी इह वाहवा ठंडा सी, पर हुण धुप लगी करके ठंड बहुत घट महसूस हो रही है, पर अगला हफ्ता जिहड़ा जी काफ़ी ज़्यादा निघा होगा। और जिवें इस नगर कीर्तन दे विच संगतां पहुंचियां ने, जे तुसीं घर बैठे देख रहे हो ते तुसीं इस नगर कीर्तन दे विच शामिल नहीं हो सके, तां अगले हफ्ते वाले नगर कीर्तन दे विच जरूर शामिल होना। सो हुण तुसीं जिहड़ा बहुत छोटे छोटे बच्चे जिहड़े ने ਉਹ ਸਲੋਗਨ ਹੱਥ ਦੇ ਵਿੱਚ ਫੜੇ ਹੋਏ ਨੇ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਰਾਜ ਕਰੇਗਾ ਖਾਲਸਾ ਦੇਗ ਤੇਗ ਫਤਿਹ ਪੀਓ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਪੰਥ ਕੀ ਜੀਤ ਵਰਗੇ ਸਲੋਗਨ ਜਿਹੜੇ ਨੇ। ਸੋ ਖੰਡੇ ਦੀ ਪਹੁਲ ਅਤੇ ਅੰਮ੍ਰਿਤ ਨੂੰ ਆਮ ਤੌਰ ਦੇ ਉੱਪਰ ਇੱਕੋ ਗੱਲ ਸਮਝਿਆ ਜਾਂਦਾ, ਭਾਵੇਂ ਕਿ ਖੰਡੇ ਦੀ ਪੌਲ ਜਿਹੜੀ ਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ੁਰੂ ਕੀਤੀ ਆ, ਪਰ ਉਸ ਅੰਮ੍ਰਿਤ ਨੂੰ ਵੀ ਖੋਜਣ ਦੀ ਲੋੜ ਹੈ ਜਿਸ ਨੂੰ ਇਹ ਸਲੋਗਨ ਦੇ ਜ਼ਰੀਏ ਦਰਸਾਇਆ ਗਿਆ ਕਿ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਰਾਜ ਕਰੇਗਾ ਖਾਲਸਾ ਇਹ ਸਿੰਘ ਜਿਹੜੇ ਨੇ ਇਹ ਸ਼ੁਰੂ ਤੋਂ ਹੀ ਨਗਾਰੇ ਦੀ ਚੋਟ ਦੇ ਉੱਪਰ ਇਹ ਸਲੋਗਨ ਜਿਹੜਾ ਉਹ ਵਾਰ ਵਾਰ ਨਾਅਰਿਆਂ ਦੇ ਰੂਪ ਦੇ ਵਿੱਚ ਲਗਾ ਰਹੇ ਨੇ। ਸੋ ਹੁਣ ਨਗਰ ਕੀਰਤਨ ਦੀ ਜਿਹੜੀ ਸਪੀਡ ਹੈ ਥੋੜ੍ਹੀ ਜੀ ਅੱਗੇ ਨਾਲੋਂ ਵਧੀ ਆ, ਕਿਉਂਕਿ ਪਿੱਛੇ ਜਦੋਂ ਕਿ ਜਗ੍ਹਾ ਵਾਹਵਾ ਖੁੱਲ੍ਹੀ ਸੀ ਔਰ ਇੱਕ ਪਾਣੀ ਦੇ ਵਹਾਅ ਵਾਂਗੂ ਸੰਗਤ ਜਿਹੜੀ ਆ ਆਪ ਮੁਹਾਰੇ ਘਾਹ ਉੱਪਰ ਦੀ ਤੁਰ ਜਾਂਦੀ ਸੀ, ਪਰ ਹੁਣ ਕਿਉਂਕਿ ਜਿਹੜੀ ਆਲੇ ਦੁਆਲੇ ਬਿਲਡਿੰਗਾਂ ਨੇ ਤੁਰਨ ਵਾਸਤੇ ਜਗ੍ਹਾ ਉਨੀ ਕੁ ਹੈ, ਸੋ ਹੁਣ ਜਿਹੜਾ ਇੱਕ ਤਰਤੀਬ ਜਿਹੀ ਲੱਗਦੀ ਹੈ। ਔਰ ਅੱਜ ਕਿਉਂਕਿ ਐਤਵਾਰ ਹੋਣ ਕਰਕੇ ਬਹੁਤੇ ਜਿਹੜੇ ਦਫ਼ਤਰ ਨੇ ਉਹ ਬੰਦ ਨੇ ਔਰ ਬਹੁਤ ਸਾਰੇ ਜਿਹੜੇ ਵਿਅਕਤੀ ਨੇ ਹਰ ਸਾਲ ਜਿਹੜੀ ਸੰਗਤ ਆ ਉਹ ਸੰਗਤ ਦੇ ਰੂਪ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਆਉਂਦੇ ਨੇ, ਬਹੁਤ ਸਾਰੇ ਜਿਹੜੇ ਵਿਛੜੇ ਨੇ ਉਹ ਇਹਨਾਂ ਮੇਲਿਆਂ ਦੇ ਵਿੱਚ ਮਿਲਦੇ ਨੇ, ਬਹੁਤ ਸਾਰੇ ਸਿਰਫ ਅਤੇ ਸਿਰਫ ਕਈ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਸਾਲ ਬਾਅਦ ਇੱਥੇ ਹੀ ਮਿਲਦੇ ਨੇ। ਔਰ ਜਿਹੜੇ ਨਵੇਂ ਖਾਸ ਕਰਕੇ ਸਟੂਡੈਂਟ ਆਏ ਨੇ ਜਿਹੜੇ ਕਿ ਪਹਿਲੀ ਵਾਰ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਦਾ ਇੱਕ ਵੱਖਰਾ ਹੀ ਉਤਸ਼ਾਹ, ਇੱਕ ਵੱਖਰਾ ਹੀ ਆਨੰਦ, ਇੱਕ ਵੱਖਰਾ ਹੀ ਹਸਲ ਉਲਾਸ ਦੇ ਨਾਲ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ। ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮਹਾਰਾਜ ਦੀ ਸਵਾਰੀ ਜਿਹੜੀ ਆ ਉਹ ਯੂਨੀਵਰਸਿਟੀ ਅਤੇ ਫਰੰਟ ਸਟਰੀਟ 'ਤੇ ਪਹੁੰਚ ਚੁੱਕੀ ਹੈ। ਔਰ ਮੈਂ ਫਿਰ ਜ਼ਿਕਰ ਕਰਦੇ ਹਾਂ ਕਿ ਛੋਟੇ ਛੋਟੀਆਂ ਜਿਹੜੀਆਂ ਬੱਚੀਆਂ ਨੇ ਸਰੂਪ ਦੇ ਵਿੱਚ ਉਹ ਇਸ ਵਾਰੀ ਅਗਵਾਈ ਕਰ ਰਹੀਆਂ ਨੇ, ਜਿਹਦੇ ਲਈ ਸਾਨੂੰ ਜ਼ਰੂਰ ਵਧਾਈ ਦੇ ਹੱਕਦਾਰ ਨੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਇੰਪਲੀਮੈਂਟ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਔਰਤ ਨੂੰ ਬਰਾਬਰ ਦਾ ਹੱਕ ਦਿੱਤਾ ਜਾਵੇ, ਉਹਨਾਂ ਨੂੰ ਬਣਦੇ ਅਧਿਕਾਰ ਦਿੱਤੇ ਜਾਣ ਔਰ ਸਾਧ ਲਾਣੇ ਤੋਂ ਬਚਿਆ ਜਾਵੇ ਜਿਹੜੇ ਔਰਤ ਨੂੰ ਬਰਾਬਰ ਦਾ ਹੱਕ ਨਹੀਂ ਦੇ ਰਹੇ ਔਰ ਬ੍ਰਾਹਮਣਵਾਦੀ ਸੋਚ ਨੂੰ ਪਰਣਾਏ ਹੋਏ ਨੇ ਔਰ ਔਰਤ ਨੂੰ ਸੂਤਕ ਮੰਨਦੇ ਨੇ।
सो यह है जी पूरे का पूरा सीन सिटी हॉल का। और हालांकि संगत जी नगर कीर्तन तकरीबन मोर दैन 50% वाले राह दे विच ही है। महाराज की सवारी तकरीबन पहुँचने वाली है जी और पहुँच चुकी है, कह सकते हैं कि स्टेज के बिल्कुल लागे। और संगत हाले 20-25 हज़ार के करीब हाले संगत जी सड़क के उपर है, पर फिर भी सिटी हाल के एक तरीके तिल सट्टन जोगी भी जगह नहीं। सो खालसे ने सारे दिवस नगर कीर्तन जरा इतने पहुँच चुका जी। सो साडी कम्यूनिटी के बड़े जानिया पछाणिया शख्सियत हैं, सरदार मिंदर सिंह होरी, अगलेंडर कारपेट और जसपाल सिंह हुड़िया होरी और गुरचरण भौरा जी नाल ने जी। वाहेगुरू जी का खालसा, वाहेगुरू जी की फतेह जी। पिछले सालों नालों संगत जी बहुत वड्डी गिणती विच है, की महसूस कर रहे हो? बिल्कुल जी, एक तो वैदर बहुत वधिया जी, एक टोरंटो जिहड़ा हरेक साल इत्थे प्रवासी ज़्यादा आते हैं जी, जिन्हें भी आते हैं उहदे नाल मेरे ख्याल संगत ज़्यादा इस साल जी, पिछले साल नालों बहुत ज़्यादा फर्क है जी। सो तुसीं की मैसेज की सुनेहा देना चाहोगे इस वेले सारी संगत नूं? मैं तो जी मुबारक दिना कोट कोट मुबारक खालसा दिवस के उत्ते समुची लगाई नूं अपने वालों, अपने परिवार वालों बहुत बहुत मुबारक जी। बहुत मेहरबानी जी, थैंक यू।